ਸੁਖਬੀਰ ਬਾਦਲ ਨੇ ਅਖਬਾਰ ਦੇ ਵਿੱਚ ਮਨਪ੍ਰੀਤ ਬਾਦਲ ਬਾਰੇ ਕਿਹਾ ਕਿ ਮੈਨੂੰ ਦੁੱਖ ਲੱਗਾ ਜਦੋਂ ਪਰਿਵਾਰ ਦੇ ਬਾਰੇ ਮਨਪ੍ਰੀਤ ਬੋਲਿਆ। ਮੈਂ ਇੱਕ ਗੱਲ ਸੁਖਬੀਰ ਬਾਦਲ ਨੂੰ ਕਹਿਣੀ ਚਾਹੁੰਦਾ ਕਿ ਜਿਸ ਵੇਲੇ ਮਨਪ੍ਰੀਤ ਨੂੰ ਤੁਸੀਂ ਜਲੀਲ ਕਰਕੇ ਕੱਢਿਆ ਉਸ ਦਿਨ ਵੀ ਪੰਜਾਬ ਦੇ ਲੋਕਾਂ ਨੂੰ ਦੁੱਖ ਲੱਗਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਸੁਖਬੀਰ ਦਿੱਲੀ ਦੀ ਪੋਲਿਟਿਕਸ ਕਰੇਗਾ ਅਤੇ ਮਨਪ੍ਰੀਤ ਜਿਹੜਾ ਇਹ ਪੰਜਾਬ ਦੀ ਇਹ ਔਨ ਰਿਕਾਰਡ ਹੈ ਪ੍ਰੈਸ ਦੇ ਵਿੱਚ ਲੋਕਾਂ ਦੇ ਵਿੱਚ ਕਿਹਾ ਸੀ ਅਤੇ ਅੱਜ ਸੁਖਬੀਰ ਸਿੰਘ ਜੀ ਉੱਤੇ ਆਪਣੀ ਵਾਈਫ ਨੂੰ ਭੇਜ ਦਿੱਤਾ ਥੱਲੇ ਤੁਸੀਂ ਆਪ ਆ ਗਏ। ਪਰ ਮੈਂ ਇੱਕ ਚੀਜ਼ ਨਾਲ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ 1997 ਤੋਂ ਬਾਅਦ ਵਿਕਰਮ ਮਜੀਠੀਆ ਜਿਸ ਵੇਲੇ ਆਇਆ ਉਹਨੇ ਇੱਕ ਘਰ ਨਹੀਂ ਕਈ ਘਰ ਪਾੜ ਦਿੱਤੇ, ਭਰਾ ਦੇ ਨਾਲ ਕੋਈ ਭਰਾ ਵੀ ਨਹੀਂ ਉਹਨੇ ਰਹਿਣ ਦਿੱਤਾ। ਇਸ ਕਰਕੇ ਜਿਹੜੀਆਂ ਜੇ ਮੈਂ ਕਹਾਂਗਾ ਕਿ ਪੰਜਾਬ ਦੀ ਰਾਜਨੀਤੀ ਨੂੰ ਗੰਦੀ ਕਰਨ ਵਾਲਾ ਜਿਹੜੇ ਭਰਾਵਾਂ ਨੂੰ ਭਰਾ ਲੜਾਉਣ ਵਾਲਾ ਇਹ ਵਿਕਰਮ ਮਜੀਠੀਆ, ਅਤੇ ਇਹਦੇ ਬਾਰੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਮੇਰੀ ਆਵਾਜ਼ ਸੁਣਦੇ ਹੋਣ ਤਾਂ ਮੈਂ ਉਹਨਾਂ ਬੇਨਤੀ ਕਰੂੰਗਾ ਕਿ ਜ਼ਰੂਰ ਇਹਦੇ ਬਾਰੇ ਵੀ ਸੋਚਿਓ ਕਿ ਜਿਸ ਵੇਲੇ ਵਿਕਰਮ ਆਇਆ ਉਸ ਵੇਲੇ ਅਕਾਲੀ ਦਲ ਪਿੱਛੇ ਨੂੰ ਜਾ ਰਿਹਾ, ਉਸ ਵੇਲੇ ਭਰਾਵਾਂ ਦੀਆਂ ਲੜਾਈਆਂ ਵਿਕਰਮ ਮਜੀਠੀਆ ਕਰ ਰਿਹਾ, ਅਤੇ ਇਸ ਕਰਕੇ ਜਿੱਥੇ ਅਕਾਲੀ ਦਲ ਨਹੀਂ ਰਿਹਾ ਹੁਣ ਅਕਾਲੀ ਦਲ ਬਣ ਗਿਆ ਜਿਹੜੀ ਪਰਿਵਾਰ ਦੀ ਉਹਦੇ 'ਚ ਸਰਕਾਰ ਦੇ ਵਿੱਚ ਬਾਦਲ ਸਾਹਿਬ ਤੁਸੀਂ ਇਹ ਕਹਿੰਦੇ ਹੁੰਦੇ ਸੀ ਕਿ ਜਿਹੜੀ ਅਕਾਲੀ ਦਲ ਆ ਇਹ ਲੋਕਾਂ ਦੀ ਪਾਰਟੀ, ਅਕਾਲੀ ਦਲ ਜਿਹੜੀ ਹੈ ਸੇਵਾ ਕਰਦੀ ਆ ਅਤੇ ਸੇਵਾ ਇਸ ਅਕਾਲੀ ਦਲ ਨੇ ਆਪਣੇ ਪਰਿਵਾਰ ਦੀ ਕੀਤੀ। ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਬਣੇ ਆਪਣੇ ਬੇਟੇ ਨੂੰ ਡਿਪਟੀ ਮੁੱਖ ਮੰਤਰੀ, ਮੁੰਡੇ ਦੇ ਸਾਲੇ ਨੂੰ ਮੰਤਰੀ, ਆਪਣੇ ਜਵਾਈ ਨੂੰ ਮੰਤਰੀ, ਆਪਣੇ ਹੋਰ ਰਿਸ਼ਤੇਦਾਰਾਂ ਨੂੰ ਮੰਤਰੀ, ਆਪਣੀ ਨੂੰਹ ਨੂੰ ਸੁਖਬੀਰ ਦੀ ਵਾਈਫ ਨੂੰ ਸੈਂਟਰ 'ਚ ਮੰਤਰੀ ਕੀ ਗਿਆ, ਬਾਕੀ ਸਾਰਾ ਅਕਾਲੀ ਦਲ ਮਰ ਗਿਆ ਜਿਹੜੇ ਏਡੇ ਏਡੇ ਵੱਡੇ ਅਕਾਲੀ ਦਲ ਦੇ ਵਿੱਚ ਲੀਡਰ ਸੀਗੇ, ਉਹਨਾਂ ਨੂੰ ਕਿਸੇ ਨੂੰ ਕੋਈ ਚੀਜ਼ ਨਹੀਂ ਮਿਲੀ। ਇਸ ਕਰਕੇ ਉਹਨਾਂ ਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ, ਫੇਰ ਕਰਨਾ ਚਾਹੀਦਾ। ਅਤੇ ਨਾਲ ਹੀ ਮੈਂ ਉਹਨੂੰ ਕਹਿੰਦਾ ਕਿ 5 ਸਾਲਾਂ ਦੇ ਵਿੱਚ ਜਿਹੜੇ ਕੈਪਟਨ ਸਾਹਿਬ ਨੇ ਵਾਅਦੇ ਕੀਤੇ ਨੇ ਸਰਦਾਰ ਸੁਖਬੀਰ ਸਿੰਘ, ਇੰਨੀ ਲੋਕਾਂ ਦੀ ਤੂੰ ਇਹ ਨਾ ਵੇਖ ਤੂੰ 10 ਸਾਲ ਬਹੁਤ ਲੁੱਟਿਆ, ਹੁਣ ਲੋਕਾਂ ਦੀ ਸੇਵਾ ਹੋਏਗੀ, ਲੋਕਾਂ ਦੇ ਕੰਮ ਹੋਣਗੇ, ਲੋਕਾਂ ਨੂੰ ਇਨਸਾਫ਼।